ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੈਲ ਯੂਐਸਏ ਟੀਵੀ ਤੇ ਮੈਂ ਹਾਂ ਸਰਵੀ ਖਬਰਾਂ ਦੇਸ਼ ਬੁਲੇਟਨ ਚ ਸਵਾਗਤ ਖਬਰਾਂ ਦੇ ਬੁਲੇਟਨ ਦੇ ਸਪான்ਸਰ ਨੇ ਰੇਲਟਰ ਗੁਰਜਤਿੰਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਕਿਰੀਦਨ ਅਤੇ ਵੇਚਣ ਦੇ ਲਈ ਸਕਰੀਨ ਤੇ ਦਿੱਤੇ ਨੰਬਰਾਂ ਰਾਹੀਂ ਇਹਨਾਂ ਨੂੰ ਸੰਪਰਕ ਕਰੋ ਪੇਸ਼ਾਨ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆ ਖਬਰਾਂ ਪੁਚਾਲ ਦੇ 212 ਘੰਟਿਆਂ ਬਾਅਦ ਮਲਬੇ ਚ ਜਿੰਦਾ ਕੱਢਿਆ ਗਿਆ 77 ਸਾਲਾ ਦਾ ਬਜ਼ੁਰਗ ਐਲਨ ਮਸਕ ਨੇ ਕੁੱਤੇ ਨੂੰ ਬਣਾਇਆ ਟਵਿੱਟਰ ਦਾ ਸੀਈਓ ਕੈਨੇਡਾ ਦੇ ਰਾਮ ਮੰਦਰ ਤੇ ਲਿਖੇ ਗਏ ਭਾਰਤ ਦੇ ਪੀਐਮ ਮੋਦੀ ਖਿਲਾਫ ਨਾਰੇ ਤੂਤਕਰ ਨੇ ਜਤਾਇਆ ਇਤਰਾਜ਼ ਮੋਦੀ ਤੇ ਬਾਈਡਨ ਨੇ ਫੋਨ ਤੇ ਗੱਲਬਾਤ ਕਰਕੇ ਦੁਵੱਲੇ ਸਬੰਧ ਮਜ਼ਬੂਤ ਕਰਨ ਦੇ ਜ਼ੋਰ ਦਿੱਤਾ ਭਾਰਤ ਜਲਦ ਸੈਨਾ ਨੂੰ ਮਿਲਣਗੇ 100 ਸਵਦੇਸ਼ੀ ਡੈਕ ਬੇਸਡ ਫਾਈਟਰ ਪਲੇਨਸ 2026 ਚ ਪਹਿਲੀ ਉਡਾਨ ਹੋਏਗੀ ਰਾਹੁਲ ਦਿਹੁੰਨ ਪੂਰਬ ਤੋਂ ਪੱਛਮ ਤੱਕ ਭਾਰਤ ਜੋੜੋ ਯਾਤਰਾ ਹੁਣ ਖਬਰਾਂ ਵਿਸਤਾਰ ਦੇ ਨਾਲ ਤੁਰਕੀ ਅਤੇ ਸੀਰੀਆ ਵਿੱਚ ਪਿਛਲੇ ਦਿਨੀ ਆਏ ਵਿਨਾਸ਼ਕਾਰੀ 7.8 ਦੀ ਤੀਬਰਤਾ ਵਾਲੇ ਪੂਚਾਲ ਦੇ 212 ਘੰਟੇ ਬਾਅਦ ਮੰਗਲਵਾਰ ਨੂੰ ਬਚਾਅ ਕਰਮਚਾਰੀਆਂ ਨੇ ਅਧਿਆਮਨ ਵਿੱਚ ਮਲਬੇ ਵਿੱਚੋਂ ਇੱਕ 77 ਸਾਲਾ ਵਿਅਕਤੀ ਨੂੰ ਜ਼ਿੰਦਾ ਬਚਾਇਆ ਹੈ ਜਿਕਰਯੋਗ ਹੈ ਕਿ ਤੁਰਕੀ ਅਤੇ ਇਸਦੇ ਗੁਆਂਢੀ ਦੇਸ਼ ਸੀਰੀਆ ਵਿੱਚ 6 ਫਰਵਰੀ ਨੂੰ ਆਏ ਪੂਚਾਲ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 41000 ਤੋਂ ਪਾਰ ਹੋ ਗਈ ਹੈ ਇਸ ਸੰਬੰਧੀ ਸਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਕਿਹਾ ਕਿ ਸਹਾਇਤਾ ਯਤਨਾਂ ਦਾ ਧਿਆਨ ਉਹਨਾਂ ਲੋਕਾਂ ਦੀ ਮਦਦ ਕਰਨ ਵੱਲ ਤਬਦੀਲ ਹੋ ਗਿਆ ਹੈ ਜੋ ਹੁਣ ਆਸਰਾਕਰਾਂ ਜਾਂ ਕੜਾਕੇ ਦੀ ਠੰਡ ਵਿੱਚ ਲੜਿੰਦੇ ਭੋਜਨ ਦੀ ਘਾਟ ਅਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਪਰ ਪੁਚਾਲ ਦੇ ਇੱਕ ਹਫ਼ਤੇ ਬਾਅਦ ਵੀ ਬਚਾਅ ਕਰਮਚਾਰੀ ਮਲਬੇ ਹਟੋ ਬੱਚੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਐਲਨ ਮਸਕ ਨੂੰ ਆਖਿਰਕਾਰ ਟਵਿੱਟਰ ਲਈ ਇੱਕ ਨਵਾਂ ਸੀਈਓ ਮਿਲ ਗਿਆ ਹੈ ਦਿਲਚਸਪ ਗੱਲ ਇਹ ਹੈ ਕਿ ਟਵਿੱਟਰ ਦਾ ਨਵਾਂ ਸੀਈਓ ਕੋਈ ਇਨਸਾਨ ਨਹੀਂ ਸਗੋਂ ਇੱਕ ਕੁੱਤਾ ਹੈ ਉਹ ਮਸਕ ਦਾ ਪਾਲਤੂ ਕੁੱਤਾ ਹੈ ਫਲੋਕੀ ਜਿਸ ਦਾ ਦੂਜਾ ਨਾਮ ਇੱਕ ਸ਼ੀਬਾ ਇਨੂ ਵੀ ਹੈ ਐਲਨ ਮਸਕ ਨੇ ਆਪਣੇ ਟਵਿੱਟਰ 'ਚ ਕਿਹਾ ਕਿ ਉਹਨਾਂ ਦਾ ਕੁੱਤਾ ਫਲੋਕੀ ਦੂਜਿਆਂ ਤੋਂ ਬਿਹਤਰ ਹੈ ਹਾਲਾਂਕਿ ਉਹਨਾਂ ਨੇ ਕਿਸੇ ਖਾਸ ਵਿਅਕਤੀ ਦਾ ਨਾਮ ਨਹੀਂ ਲਿਆ ਦੱਸਿਆ ਕਿ 44 ਬਿਲੀਅਨ ਡਾਲਰ ਦੇ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਐਲਨ ਮਸਕ ਇਸ ਦੇ ਸੀਈਓ ਸਨ ਅਤੇ ਸੀਈਓ ਬਨਣ ਤੋਂ ਬਾਅਦ ਉਹਨਾਂ ਨੇ ਪ੍ਰਾਗ ਅਗਰਵਾਲ ਸਣੇ ਕਈ ਲੋਕਾਂ ਨੂੰ ਅਹੁਦੇ ਤੋਂ ਕੱਢ ਦਿੱਤਾ ਸੀ ਕੈਨੇਡਾ ਚ ਹਿੰਦੂ ਮੰਦਿਰ ਤੇ ਇੱਕ ਵਾਰ ਫਿਰ ਭਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਰੇ ਲਿਖੇ ਗਏ ਹਨ ਇਸ ਵਾਰ ਇੱਥੇ ਮਿਸਿਸਾਗਾ ਵਿੱਚ ਰਾਮ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਭਾਰਤੀ ਤੂਤਕਾਰ ਨੇ ਇਸ ਦੀ ਸਖਤ ਨਿੰਦਾ ਕੀਤੀ ਹੈ ਟੋਰਾਂਟੋ ਸਥਿਤ ਭਾਰਤੀ ਤੂਤਾਵਾਸ ਨੇ ਵੀ ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਭਾਰਤੀ ਦੂਤਕਰ ਨੇ ਟਵੀਟ ਕੀਤਾ ਅਸੀਂ ਮੀਸੀ ਸਾਗਾ ਤੇ ਰਾ ਮੰਦਰ ਤੇ ਭਾਰਤ ਵਿਰੋਧੀ ਗ੍ਰੈਫਟੀ ਤੇ ਕੰਧਾਂ ਤੇ ਤਿੱਤਰਜ ਯੋਗ ਨਾਰੇ ਦੀ ਸਖਤ ਨਿੰਦਾ ਕਰਦੇ ਹਾਂ ਅਸੀਂ ਕੈਨੇਡੀਅਰ ਅਧਿਕਾਰੀਆਂ ਨੂੰ ਕਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕਰਦੇ ਹਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਅਤੇ ਭਾਰਤ ਦਰਮਿਆਨ ਟੈਕਨੋਲੋਜੀ ਪਾਈ ਵਾਲੀ ਦੇ ਮਹੱਤਵ ਬਾਰੇ ਚਰਚਾ ਕੀਤੀ। ਆਪਣੀ ਗੱਲਬਾਤ ਵਿੱਚ ਦੋਵਾਂ ਨੇਤਾਵਾਂ ਨੇ ਸਾਂਝੀਆਂ ਤਰਜੀਹਾਂ ਅਤੇ ਸਹਿਯੋਗ ਵਧਾਉਣ ਅਤੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਲਈ ਕੁਆਡ ਵਰਗੇ ਸਮੂਹਾਂ ਵਿੱਚ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਲਈ ਵਚਨਬੱਧਤਾ ਪ੍ਰਗਟਾਈ। 에어 ਇੰਡੀਆ ਅਤੇ ਬੋਇੰਗ ਵਿਚਾਲੇ ਇਤਿਹਾਸਿਕ ਸੌਦੇ ਦੇ ਐਲਾਨ ਤੋਂ ਬਾਅਦ ਮੰਗਲਵਾਰ ਨੂੰ ਦੋਵਾਂ ਨੇਤਾਵਾਂ ਨੇ ਫੋਨ ਤੇ ਗੱਲਬਾਤ ਕੀਤੀ। ਇਸ ਸਮਝੌਤੇ ਤਹਿਤ 에어 ਇੰਡੀਆ ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਤੋਂ 200 ਜਹਾਜ਼ ਖਰੀਦੇਗੇ। ਭਾਰਤੀ ਜਲ ਸੈਨਾ ਲਈ 100 ਸਵਦੇਸ਼ੀ ਡੈਕ ਆਧਾਰਿਤ ਲੜਾਕੂ ਜਹਾਜ਼ ਤਿਆਰ ਕੀਤੇ ਜਾਣਗੇ ਸੁਰੱਖਿਆ ਬਾਰੇ ਕੈਬਨਟ ਕਮੇਟੀ ਜਲਦ ਹੀ ਇਸ ਨੂੰ ਡਿਜ਼ਾਈਨ ਤੇ ਵਿਕਸਿਤ ਕਰਨ ਲਈ ਪ੍ਰਸਤਾਵ ਲੈ ਸਕਦੀ ਹੈ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੀਨੀਅਰ ਅਧਿਕਾਰੀਆਂ ਨੇ ਬੰਗਲੌਰੂ ਚ ਚੱਲ ਰਹੇ 에어 ਸ਼ੋ 에어로 ਇੰਡੀਆ ਦੇ ਵਿੱਚ ਇਹ ਜਾਣਕਾਰੀ ਦਿੱਤੀ ਇਸ ਦੇ 2031-32 ਤੱਕ ਜਲ ਸੈਨਾ ਦਾ ਹਿੱਸਾ ਬਣਨ ਦੀ ਉਮੀਦ ਵੀ ਜਤਾਈ ਜਾ ਰਹੀ ਹੈ ਲੜਾਕੂ ਜਹਾਜ਼ ਦਾ ਪਹਿਲਾ ਪ੍ਰੋਟੋਟਾਈਪ 2026 ਤੱਕ ਆਪਣੀ ਪਹਿਲੀ ਉਡਾਨ ਭਰ ਸਕਦਾ ਹੈ ਅਤੇ 2031 ਤੱਕ ਉਤਪਾਦਨ ਲਈ ਤਿਆਰ ਹੋ ਸਕਦਾ ਹੈ ਅਧਿਕਾਰੀਆਂ ਮੁਤਾਬਕ ਹਿੰਦੁਸਤਾਨ 에ਰੋਨੈਟਿਕਸ ਲਿਮਿਟਿਡ ਹਰ ਸਾਲ 8 ਜਹਾਜ਼ਾਂ ਦਾ ਉਤਪਾਦਨ ਕਰੇਗੀ ਜਦੋਂ ਤੱਕ ਇਹ ਤਿਆਰ ਨਹੀਂ ਹੋ ਜਾਂਦਾ ਜਲ ਸੈਨਾ ਇੱਕ ਨਵੇਂ ਡੈਕ ਅਧਾਰਿਤ ਲੜਾਕੂ ਜਹਾਜ਼ ਨੂੰ ਦਰਾਮਦ ਕਰਨ ਦੇ ਵਿਚਾਰ ਕਰ ਰਹੀ ਹੈ कन्याकुमारी ਤੋਂ ਕਸ਼ਮੀਰ ਤੱਕ ਦੀ ਭਾਰਤ ਜੋੜੋ ਯਾਤਰਾ ਦੀ ਕਾਮਯਾਬੀ ਨੂੰ ਕਾਂਗਰਸ ਦੀ ਸਿਆਸੀ ਵਾਪਸੀ ਲਈ ਬੁਨਿਆਦ ਮੰਨ ਰਹੀ ਪਾਰਟੀ ਨੇ ਦੇਸ਼ ਦੇ ਸਭ ਤੋਂ ਦੂਰ ਦਰਾਡੇ ਪੂਰਬੀ ਅਰੁਣਾਚਲ ਪ੍ਰਦੇਸ਼ ਤੋਂ ਪੱਛਮ ਚ ਗੁਜਰਾਤ ਤੱਕ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 2.0 ਦੀ ਯੋਜਨਾ ਤੇ ਚਰਚਾ ਸ਼ੁਰੂ ਕਰ ਦਿੱਤੀ ਹੈ ਇਸ ਯਾਤਰਾ ਨੂੰ ਅਰੁਣਾਚਲ ਦੇ ਲੋਹਿਤ ਜ਼ਿਲ੍ਹੇ ਦੇ ਪਸ਼ੂਰਾਮ ਕੁੰਡ ਤੋਂ ਸ਼ੁਰੂ ਕਰਕੇ ਮਹਾਤਮਾ ਗਾਂਧੀ ਦੇ ਜਨਮ ਸਥਾਨ ਪੋਰਬੰਦਰ ਚ ਖਤਮ ਕਰਨ ਦੀ ਰੂਪਰੇਖਾ ਤੇ ਪਾਰਟੀ ਚਰਚਾ ਕਰ ਰਹੀ ਹੈ ਕਾਂਗਰਸ ਦੇ ਰਾਏਪੁਰ ਦੇ 24 ਤੋਂ 26 ਫਰਵਰੀ ਤੱਕ ਹੋਣ ਵਾਲੇ ਪਲੈਨਰੀ ਸੈਸ਼ਨ ਤੋਂ ਬਾਅਦ ਪੂਰਬ ਤੋਂ ਪੱਛਮ ਤੱਕ ਦੀ ਰਾਹੁਲ ਦੀ ਅਗਲੀ ਯਾਤਰਾ ਨੂੰ ਅੰਤਿਮ ਰੂਪ ਦਿੱਤੇ ਜਾਣ ਦੇ ਸੰਕੇਤ ਹਨ ਇੱਕ ਵਾਰ ਫਿਰ ਬਿਜਲੀ ਵਿਭਾਗ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਤੇਲੰਗਨਾ ਦੇ ਕਾਮਰੇਡੀ ਜ਼ਿਲ੍ਹੇ ਵਿੱਚ ਇੱਕ ਗ੍ਰਾਮ ਪੰਚਾਇਤ ਦਫ਼ਤਰ ਨੂੰ 11.41 ਕਰੋੜ ਰੁਪਏ ਬਿਜਲੀ ਬਿੱਲ ਭੇਜਿਆ ਗਿਆ ਇਸ ਬਿੱਲ ਨੂੰ ਦੇਖ ਕੇ ਸਾਰੇ ਪਿੰਡ ਵਾਸੀ ਹੱਕੇ ਬੱਕੇ ਰਹਿ ਗਏ। ਇਹ ਬਿੱਲ ਜਨਵਰੀ ਮਹੀਨੇ ਦਾ ਹੈ ਜੋ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਕੋਹਰ ਲਾਪਰਵਾਹੀ ਦਾ ਪਰਦਾਫਾਸ਼ ਕਰਦਾ ਹੈ। ਪਿੰਡ ਦੇ ਅਧਿਕਾਰੀਆਂ ਨੂੰ ਜਾਰੀ ਕੀਤੀ ਰਸੀਦ ਤੇ ਬਿੱਲ ਦੀ ਕੁੱਲ ਰਕਮ 11 ਕਰੋੜ 41 ਹਜ਼ਾਰ ਜਿਹੜੀ ਦੱਸੀ ਗਈ ਇਸ ਰਕਮ ਨੇ ਪਿੰਡ ਵਾਸੀਆਂ ਨੂੰ ਪ੍ਰੇਸ਼ਾਨ ਕਰ ਦਿੱਤਾ। ਜਦੋਂ ਪਿੰਡ ਦੇ ਸਰਪੰਚ ਨੇ ਇਸ ਬਿੱਲ ਬਾਰੇ ਪੁੱਛਣ ਲਈ ਅਧਿਕਾਰੀਆਂ ਨੂੰ ਬੁਲਾਇਆ ਤਾਂ ਉਹਨਾਂ ਨੇ ਕਿਹਾ ਕਿਸੇ ਤਕਨੀਕੀ ਸਮੱਸਿਆ ਕਾਰਨ ਇੰਨਾ ਬਿੱਲ ਆਇਆ ਹੈ। ਅਧਿਕਾਰੀਆਂ ਨੇ ਪ੍ਰੋਸਾਦ ਦਿੱਤਾ ਕਿ ਉਹ ਮੀਟਰ ਦੀ ਰੀਡਿੰਗ ਚੈੱਕ ਕਰਕੇ ਬਿੱਲ ਬਹਾਲ ਕਰਵਾਉਣਗੇ। ਦਿੱਲੀ ਵਿੱਚ ਅਪਰਾਧ ਦਿਨੋ ਦਿਨ ਵੱਧਦੇ ਜਾ ਰਹੇ ਹਨ। ਦਿੱਲੀ ਦੇ ਬਾਬਾ ਹਰੀਦਾਸ ਨਗਰ थाना ਖੇਤਰ ਵਿੱਚ ਸ਼ਰद्धा ਵਰਗਾ ਕਤਲ ਕਾਂਡ ਹੋਇਆ। ਕਤਲ ਨੂੰ ਇਸ ਤਰ੍ਹਾਂ ਅੰਜਾਮ ਦਿੱਤਾ ਗਿਆ ਕਿ ਲੋਕਾਂ ਦੀ ਰੂਹ ਕੰਬ ਗਈ। ਹਤਿਆ ਕਰਨ ਤੋਂ ਬਾਅਦ ਲੜਕੀ ਦੀ Laash ਨੂੰ ਟਾਬੇ ਦੇ ਫ੍ਰਿਜ ਵਿੱਚ ਲੁਕਾ ਦਿੱਤਾ ਗਿਆ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਫ੍ਰਿਜ ਤੋਂ ਬਰਾਮਦ ਕੀਤਾ ਹੈ ਦਿੱਲੀ ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੇ ਬਾਅਦ ਪੁਸ਼ਕਿਸ਼ ਕੀਤੀ ਜਾ ਰਹੀ ਹੈ ਮੁਲਜ਼ਮ ਨੌਜਵਾਨ ਦੀ ਪਛਾਣ ਸਾਹਿਲ ਗਹਿਲੋਤ ਵਜੋਂ ਹੋਈ ਹੈ ਮਿੱਤਰਾ ਪਿੰਡ ਦੇ ਰਹਿਣ ਵਾਲੇ ਮੁਲਜ਼ਮ ਸਾਹਿਲ ਗਹਿਲੋਤ ਨੂੰ ਪੁਲਿਸ ਨੇ ਫੜ ਲਿਆ ਹੈ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਾਹਿਲ ਗਹਿਲੋਤ ਨੇ ਪੁਸ਼ਕਿਸ਼ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਤੈ ਹੋਣ ਦਾ ਪਤਾ ਲੱਗਣ ਤੇ ਨਿੱਕੀ ਨੇ ਉਸ ਨੂੰ ਕਿਹਾ ਸੀ ਕਿ ਅਸੀਂ ਦੋਵੇਂ ਇਕੱਠੇ ਨਹੀਂ ਰਹਿ ਸਕਦੇ ਪਰ ਇਕੱਠੇ ਜਾਨ ਤਾਂ ਦੇ ਸਕਦੇ ਹਾਂ 9 ਫਰਵਰੀ ਦੀ ਰਾਤ ਨੂੰ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੰਬੀ ਬਹਿਸ ਹੋਈ ਨਿੱਕੀ ਨੇ ਕਿਹਾ ਕਿ ਤੁਹਾਡੇ ਕੋਲ ਤਿੰਨ ਰਸਤੇ ਹਨ ਮੇਰੇ ਨਾਲ ਵਿਆਹ ਕਰਾਓ ਪਰਿਵਾਰ ਵੱਲੋਂ ਤੈਅ ਕੀਤਾ ਰਿਸ਼ਤਾ ਤੋੜ ਦਿਓ ਜਾਂ ਅਸੀਂ ਦੋਵੇਂ ਇਕੱਠੇ ਮਰ ਜਾਵਾਂਗੇ। ਸਾਹਿਲ ਨੇ ਕਿਹਾ ਕਿ ਉਹ ਇੰਨਾ ਤਿੰਨਾ ਚੋ ਕੁਝ ਵੀ ਨਹੀਂ ਕਰ ਸਕਦੇ। ਇਸ ਨੂੰ ਲੈ ਕੇ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਇਸ ਦੌਰਾਨ ਸਾਹਿਲ ਨੇ ਮੋਬਾਈਲ ਡਾਟਾ ਕੇਬਲ ਨਾਲ ਨਿੱਕੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਨੂੰ ਫ੍ਰਿਜ ਵਿੱਚ ਲੁਕਾ ਦਿੱਤਾ। ਟਾਟਾਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਹਵਾਬਾਜ਼ੀ ਸੌਦੇ 'ਚ 에ਅਰਬੱਸ ਤੋਂ 250 ਜਹਾਜ਼ ਖਰੀਦੇਗਾ। ਟਾਟਾ ਸਨਸ ਦੇ ਚੇਅਰਮੈਨ ਐਨ ਚੰਦਰਸ਼ੇਖਰ ਨੇ ਮੰਗਲਵਾਰ ਨੂੰ ਕਿਹਾ ਕਿ 에어 ਇੰਡੀਆ 에어ਬੱਸ ਤੋਂ 40 ਵਾਈਡ ਬਾਡੀ ਜਹਾਜ਼ ਸਮੇਤ 250 ਜਹਾਜ਼ਾਂ ਦੀ ਖਰੀਦ ਕਰੇਗੀ ਟਾਟਾ ਸਮੂਹ ਦੇ ਮਲਕੀਅਤ ਵਾਲੀ 에ਅਰਲਾਈਨ 40 ਵਾਈਡ ਬਾਡੀ A350 ਜਹਾਜ਼ ਅਤੇ 210 ਨੈਰੋ ਬਾਡੀ ਜਹਾਜ਼ ਖਰੀਦੇਗੀ ਵਾਈਡ ਬਾਡੀ 에ਅਰਕ੍ਰਾਫਟ ਦੀ ਵਰਤੋਂ ਲੰਬੀ ਦੂਰੀ ਦੀ ਹਵਾਈ ਯਾਤਰਾ ਲਈ ਕੀਤੀ ਜਾਵੇਗੀ ਇੱਕ ਪ੍ਰੋਗਰਾਮ ਵਿੱਚ ਟਾਟਾ ਨੇ 에ਅਰਕ੍ਰਾਫਟ ਦੀ ਪ੍ਰਾਪਤੀ ਲਈ 에ਅਰਬੱਸ ਨਾਲ ਸਮਝੌਤਾ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਵੀ ਵਰਚੁਅਲ ਇਵੈਂਟ ਦਾ ਹਿੱਸਾ ਸਨ ਟਾਟਾ ਗਰੁੱਪ ਨੇ ਪਿਛਲੇ ਸਾਲ ਜਨਵਰੀ 'ਚ 에ਅਰ ਇੰਡੀਆ ਨੂੰ ਐਕਵਾਇਰ ਕੀਤਾ ਸੀ ਮંત્રી ਨਿਰਿੰਦਰ ਮੋਦੀ ਰਤਨ ਟਾਟਾ ਫ੍ਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਅਤੇ ਹੋਰ ਰੇਤਾਵਾ ਨਾਲ ਇੱਕ ਵੀਡੀਓ ਕਾਨਫਰੰਸ ਵਿੱਚ 에ਅਰਬੱਸ ਦੇ ਮੁੱਖ ਕਾਰਜਕਾਰੀ ਗੋਇਲਮ ਫੋਰੀ ਨੇ ਕਿਹਾ ਕਿ ਇਹ ਇੱਕ ਇਤਿਹਾਸਿਕ ਪਲ ਹੈ। ਬਾਂਦੀਪੋਰਾ ਜ਼ਿਲ੍ਹਾ ਪ੍ਰਸ਼ਾਸਨ ਨੇ ਮਰੀਜ਼ਾਂ ਜੇਕੇ ਐਸ ਐਸ ਬੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਸਮੇਤ ਗੁਰੇਜ਼ ਦੇ ਬਾਂਦੀਪੋਰਾ ਵਿਚਕਾਰ ਬਰਫ਼ ਵਿੱਚ ਫਸੇ 72 ਯਾਤਰੀਆਂ ਨੂੰ 에어 ਲਿਫਟ ਕੀਤਾ ਡਿਪਟੀ ਕਮਿਸ਼ਨਰ ਬਾਂਦੀਪੋਰਾ ਡਾਕਟਰ ਉਵੇਸ ਅਹਿਮਦ ਦੀ ਹਦਾਇਤ ਤੇ ਬਰਫੀਲੀ ਗੁਰੇਜ਼ਵਾਦੀ ਚ ਫਸੇ ਯਾਤਰੀਆਂ ਨੂੰ 에어 ਲਿਫਟ ਕਰਨ ਲਈ ਵਿਸ਼ੇਸ਼ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਗਈ ਹੈ ਯਾਤਰੀਆਂ ਵਿੱਚ ਦੋਵੇਂ ਪਾਸੇ ਫਸੇ ਹੋਰ ਸਥਾਨਕ ਲੋਕਾਂ ਤੋਂ ਇਲਾਵਾ ਮਰੀਜ਼ ਤੇ ਵਿਦਿਆਰਥੀ ਸ਼ਾਮਲ ਹਨ ਜ਼ਿਲ੍ਹਾ ਹੈੱਡਕੁਆਰਟਰ ਦੇ ਸ਼ਾਹਪੁਰ ਸੈਕਟਰ ਵਿੱਚ ਸੜਕ ਦੀ ਖੁਦਾਈ ਦੌਰਾਨ ਮੰਗਲਵਾਰ ਨੂੰ 120 ਮੀ.ਐਮ. ਦਾ ਪਾਰਕ ਵਿੱਚ ਬਣਿਆ ਪੁਰਾਣਾ ਮੋਟਾਰ ਸ਼ੈੱਲ ਮਿਲਣ ਨਾਲ ਦਹਿਸ਼ਤ ਦਾ ਮੋਲ ਬਣ ਗਿਆ। ਜਾਣਕਾਰੀ ਅਨੁਸਾਰ ਗ੍ਰੇਫ ਵਿਭਾਗ ਵੱਲੋਂ ਇਸਲਾਮਾਬਾਦ ਤੋਂ ਸ਼ਾਹਪੁਰ ਤੱਕ ਸੜਕ ਖੁਦਾਈ ਦਾ ਕਾਰਜ ਜਾਰੀ ਹੈ। ਖੁਦਾਈ ਦੌਰਾਨ ਨਿਰਮਾਣ ਕਰਮਚਾਰੀਆਂ ਨੂੰ ਇੱਕ ਪੁਰਾਣਾ ਜ਼ਿੰਦਾ ਸ਼ੈੱਲ ਮਿਲਿਆ। ਜਿਸ ਤੋਂ ਬਾਅਦ ਹਾਜ਼ਰ ਅਧਿਕਾਰੀਆਂ ਨੇ ਫੌਜ ਨੂੰ ਸੂਚਨਾ ਦਿੱਤੀ ਸੂਚਨਾ ਤੋਂ ਬਾਅਦ ਫੌਜੀ ਅਧਿਕਾਰੀ ਵਿਸ਼ੇਸ਼ ਬੰਬ ਨਸ਼ਟ ਕਰਨ ਵਾਲੇ ਦਸਤੇ ਦੇ ਨਾਲ ਮੌਕੇ ਤੇ ਪੁੱਜੇ ਅਤੇ ਖੇਤਰ ਦੀ ਘੇਰਾਬੰਦੀ ਕਰਕੇ ਐਸਓਪੀ ਦੇ ਨਾਲ ਮੋਰਟਾਰ ਸ਼ੈੱਲ ਨੂੰ ਜਾਇਆ ਕਰਕੇ ਇੱਕ ਵੱਡੇ ਹਾਦਸੇ ਨੂੰ ਟਾਲ ਲਿਆ ਉਤੇਰੀ ਸੁਰੱਖਿਆ ਫੋਰਸਾਂ ਨੇ ਮੰਗਲਵਾਰ ਨੂੰ ਉੱਤਰੀ ਕਸ਼ਮੀਰ ਦੇ ਬੰਦੀਪੋਰਾ ਜ਼ਿਲ੍ਹੇ ਦੇ ਮੰਝਪੋਰਾ ਬਾਗਾ ਵਿੱਚ ਜੰਗ ਲੱਗੇ ਪੁਰਾਣੇ ਗ੍ਰੇਨੇਡ ਨੂੰ ਬਰਾਮਦ ਕੀਤਾ ਗ੍ਰੇਨੇਡ ਦੀ ਸੂਚਨਾ ਤੋਂ ਬਾਅਦ ਫੌਜ ਦੀ 26 ਅਸਮ ਰਾਈਫਲਸ ਅਤੇ ਪੁਲਿਸ ਦੀ ਇੱਕ ਸਾਂਝੀ ਟੀਮ ਬੰਬ ਨਸ਼ਟ ਕਰਨ ਵਾਲੇ ਦਸਤੇ ਦੇ ਨਾਲ ਮੌਕੇ ਤੇ ਪੁੱਜੀ ਅਤੇ ਗ੍ਰੇਨੇਡ ਨੂੰ ਨਸ਼ਟ ਕੀਤਾ ਪਸ਼ਮੀ ਦਿੱਲੀ ਦੇ ਪੰਜਾਬੀ ਬਾਗ ਇਲਾਕੇ 'ਚ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਜੁਐਲਰੀ ਸ਼ੋਰੂਮ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਹਮਲਾਵਾਰ ਲਗਭਗ 5 ਤੋਂ 6 ਰਾਊਂਡ ਗੋਲੀਆਂ ਚਲਾਉਣ ਤੋਂ ਬਾਅਦ ਸ਼ਰੀਆਮ ਪਿਸਤੌਲ ਨਾਲ ਲਹਿਰਾਉਂਦੇ ਹੋਏ ਮੌਕੇ ਤੇ ਫਰਾਰ ਹੋ ਗਏ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੋਲੀਆਂ ਲੱਗਣ ਨਾਲ ਦੁਕਾਨ ਦਾ ਸ਼ੀਸ਼ਾ ਟਕਣਾ ਚੁਰ ਹੋ ਗਿਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੀੜਤ ਸ਼ੋਰੂਮ ਮਾਲਕ ਅਨੁਸਾਰ ਉਸ ਨੂੰ 6 ਜਨਵਰੀ ਨੂੰ ਖੁਦ ਨੂੰ ਗੋਗੀ ਗੈਂਗ ਦੇ ਮੈਂਬਰ ਦੱਸਣ ਵਾਲੇ ਦੀਪਕ ਬਾਕਸਰ ਨੇ ਫੋਨ ਕਰਕੇ 50 ਲੱਖ ਰੁਪਏ ਦੀ ਰੰਗਦਾਰੀ ਮੰਗੀ ਸੀ ਅਤੇ ਪੈਸੇ ਦੇਣ ਤੋਂ ਮਨਾ ਕਰਨ ਤੇ ਉਸ ਦੇ بیٹے ਦੀ ਹੱਤਿਆ ਕਰਨ ਦੀ ਧਮਕੀ ਵੀ ਦਿੱਤੀ ਸੀ ਦਿੱਲੀ ਦੀ ਇੱਕ ਅਦਾਲਤ ਨੇ ਅੱਤਵਾਦੀ ਸੰਗਠਨ ਨਾਲ ਕਾਇਦਾ ਦੀ ਸ਼ਾਖਾ ਅਲ ਕਾਇਦਾ ਇਨ ਇੰਡੀਆਨ ਸਬ ਕੰਟੀਨੈਂਟ ਦੇ ਚਾਰ ਮੈਂਬਰਾਂ ਨੂੰ ਦੇਸ਼ ਭਾਰ ਵਿੱਚ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇ ਦੀ ਸਾਜ਼ਿਸ਼ ਰਚਨ ਅਤੇ ਸੰਗਠਨ ਲਈ ਮੈਂਬਰਾਂ ਦੀ ਭ੍ਰਤੀਕਰਨ ਦੇ ਮਾਮਲੇ ਵਿੱਚ 7 ਸਾਲ ਅਤੇ 5 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ। ਹਾਲਾਂਕਿ ਦੋਸ਼ੀ ਪਹਿਲਾ ਹੀ ਲਗਭਗ 7 ਸਾਲ ਤੇ 9 ਮਹੀਨੇ ਜੇਲ੍ਹ ਵਿੱਚ ਪਿਤਾ ਚੁੱਕੇ ਹਨ ਅਤੇ ਇਸ ਮਿਆਦ ਨੂੰ ਸਜ਼ਾ ਦਾ ਹਿੱਸਾ ਮੰਨਿਆ ਜਾਵੇਗਾ। ਵਿਸ਼ੇਸ਼ ਜੱਜ ਸੰਜੇ ਖੰਗਵਾਲ ਨੇ مولانا ਮੁਹੰਮਦ ਅਬਦੁਲ ਰਹਿਮਾਨ ਕਾਸਮੀ, ਮੁਹੰਮਦ ਆਸੀਫ, ਜਫਰ ਮਸood ਅਤੇ ਅਬਦੁਲ ਸਾਮੀ ਨੂੰ ਇਹ ਸਜ਼ਾ ਸੁਣਾਈ ਇਸ ਤੋਂ ਪਹਿਲਾਂ ਜੱਜ ਨੇ ਸ਼ੁੱਕਰਵਾਰ ਨੂੰ AQIS ਦੇ ਦੋ ਹੋਰ ਨਾ ਕਥਿਤ ਮੈਂਬਰਾਂ ਸਇਦ ਮੁਹੰਮਦ ਜਿਸ਼ਾਨ ਅਲੀ ਅਤੇ ਸਬੀਲ ਅਹਿਮਦ ਨੂੰ ਇਸ ਮਾਮਲੇ ਵਿੱਚ ਰਿਹਾ ਕਰ ਦਿੱਤਾ ਸੀ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦੋਸ਼ ਲਗਾਇਆ ਸੀ ਕਿ ਕਾਸ਼ਮੀ ਉੱਤਰ ਪ੍ਰਦੇਸ਼ ਵਿੱਚ ਇੱਕ ਮਦਰੱਸਾ ਚਲਾਉਂਦਾ ਸੀ ਜਿੱਥੇ ਉਹ ਵਿਦਿਆਰਥੀਆਂ ਨੂੰ ਅਤਵਾਦੀ ਕਾਰਵਾਈਆਂ ਲਈ ਕੱਟੜਪੰਥੀ ਬਣਾਉਣ ਦਾ ਯਤਨ ਕਰਦਾ ਸੀ ਪੰਜਾਬ ਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਚ 20 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਹਾਲਾਂਕਿ ਮੌਸਮ ਖੁਸ਼ਕ ਰਹੇਗਾ ਅਤੇ ਮੀਂਹ ਦੀ ਸੰਭਾਵਨਾ ਨਹੀਂ ਹੈ ਮੰਗਲਵਾਰ ਨੂੰ ਪਟੰਨਾ ਚ ਰਾਤ ਦਾ ਤਾਪਮਾਨ ਡਿੱਗ ਕੇ 5 ਡਿਗਰੀ ਸੈਲਸੀਅਸ ਤੱਕ ਆ ਗਿਆ ਜਦਕਿ ਅੰਮ੍ਰਿਤਸਰ ਫਿਰੋਜ਼ਪੁਰ ਸ੍ਰੀ ਮੁਕਤਸਰ ਸਾਹਿਬ ਚ ਘੱਟੋ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਆ ਗਿਆ ਲੁਧਿਆਣਾ ਚ ਘੱਟੋ ਘੱਟ ਤਾਪਮਾਨ 9.6 ਡਿਗਰੀ ਰੋਪੜ ਚ 10.3 ਡਿਗਰੀ ਸ਼ਹੀਦ ਭਗਤ ਸਿੰਘ ਨਗਰ ਚ 10.2 ਤੇ ਚੰਡੀਗੜ੍ਹ ਚ 11 ਡਿਗਰੀ ਸੈਲਸੀਅਸ ਤਾਪਮਾਨ ਨੂੰ ਦਰਜ ਕੀਤਾ ਗਿਆ ਹੈ। ਮਨੀਸ਼ਾ ਗੁਲਾਟੀ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਬਣੇ ਰਹਿਣਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਹੈ। ਬੀਤੇ ਕੱਲ ਯਾਨੀ ਕਿ ਹਾਈ ਕੋਰਟ ਨੇ ਮਨੀਸ਼ਾ ਗੁਲਾਟੀ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਲਈ ਕਿਹਾ ਸੀ ਸਰਕਾਰ ਵੱਲੋਂ ਜਵਾਬ ਲਈ ਸਮਾਂ ਮੰਗਨ ਤੇ ਸੁਣਵਾਈ ਬੁੱਧਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਸੀ ਮਹੱਤਵਪੂਰਨ ਗੱਲ ਇਹ ਹੈ ਕਿ ਮਹਿਲਾ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਸਨ ਇਸ ਵਿੱਚ ਮਨੀਸ਼ਾ ਗੁਲਾਟੀ ਨੂੰ ਸੇਵਾ ਵਾਧਾ ਨਾ ਦੇਣ ਸੰਬੰਧੀ ਜਾਰੀ ਪੱਤਰ ਨੂੰ ਰੱਦ ਕਰ ਦਿੱਤਾ ਗਿਆ ਹਾਲਾਂਕਿ ਮਨੀਸ਼ਾ ਗੁਲਾਟੀ ਦਾ ਕਾਰਜਕਾਲ ਖਤਮ ਹੋਣ ਚ ਫਿਲਹਾਲ 6 ਮਹੀਨੇ ਬਾਕੀ ਸਨ ਮਨੀਸ਼ਾ ਗੁਲਾਟੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮਾਰਚ 2018 ਵਿੱਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ ਫਿਰ ਦੋ ਫਿਰ ਸਾਲ 2020 ਵਿੱਚ ਉਹਨਾਂ ਦੇ ਕਾਰਜਕਾਲ 3 ਸਾਲ ਲਈ ਵਧਾ ਦਿੱਤਾ ਗਿਆ ਇਸ ਤੋਂ ਬਾਅਦ 20 ਫਰਵਰੀ 2022 ਨੂੰ ਉਹ ਵੀ ਭਾਜਪਾ ਚ ਸ਼ਾਮਲ ਹੋ ਗਈ ਪਰ ਆਪਣੇ ਅਹੁਦੇ ਤੇ ਬਣੀ ਰਹੀ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਪੰਜਾਬ ਪ੍ਰਦਾਨ ਬੂਟਾ ਸਿੰਘ ਬੁਰਜਗਿਲ ਉੱਪਰ ਲੱਗੇ ਦੋਸ਼ਾਂ ਤੋਂ ਬਾਅਦ ਯੂਨੀਅਨ 'ਚ ਵਾਦ-ਵਿਵਾਦ ਦੇ ਚਲਦਿਆਂ ਸੂਬਾ ਕਮੇਟੀ ਦੇ ਮੈਂਬਰ ਹਰਨੇਕ ਸਿੰਘ ਮਹਿਮਾ ਦੀ ਇੱਕ ਪੋਸਟ ਸੋਸ਼ਲ ਮੀਡੀਆ ਤੇ ਵੱਡੀ ਪੱਧਰ ਤੇ ਵਾਇਰਲ ਹੋ ਰਹੀ ਹੈ ਜਿਸ ਚ ਦਿੱਲੀ ਵਿਕੇ ਚਲੇ ਕਿਸਾਨ ਸੰਘਰਸ਼ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮਮਦੋਟ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਚੋਂ ਵੱਡੇ ਪੱਧਰ ਤੇ ਕਥਿਤ ਤੌਰ ਤੇ ਫੰਡ ਇਕੱਠਾ ਕਰਕੇ ਗਵERN ਕਰਨ ਦੇ ਇੱਕ ਦੋਸ਼ ਲਗਾਏ ਗਏ ਹਨ ਇਸ ਵਾਇਰਲ ਹੋਈ ਪੋਸਟ ਨੂੰ ਲੈ ਕੇ ਪ੍ਰਤੀਨਿਧੀ ਦੇ ਜਦੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਦੇ ਸੂਬਾ ਕਮੇਟੀ ਦੇ ਮੈਂਬਰ ਹਰਨੇਕ ਸਿੰਘ ਮਹਿਮਾ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਨੇ ਵਾਇਰਲ ਹੋਈ ਪੋਸਟ ਸੰਬੰਧੀ ਮੰਦਿਆ ਕਿਹਾ ਕਿ ਮੇਰੇ ਪਿੰਡ ਚ ਰਹਿੰਦੇ ਕਿਸੇ ਹੋਰ ਕਿਸਾਨ ਯੂਨੀਅਨ ਦੇ ਆਗੂਆਂ ਨੇ ਮੇਰੀ ਉੱਬ ਪਰ ਦੀ ਸ਼ਵੀ ਨੂੰ ਢਾਲ ਲਗਾਉਂਦੀ ਇਹ ਪੋਸਟ ਵੇਰਵੇ ਸਹਿਤ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਿਸ ਚ ਉਸ ਦੀ ਕੋਈ ਵੀ ਸੱਚਾਈ ਨਹੀਂ ਹੈ ਜਲੰਧਰ ਦੇ ਪ੍ਰਸ਼ਾਸਨਿਕ ਖੇਤਰ ਵਿੱਚ ਬੀਤੇ ਦਿਨ ਉਸ ਸਮੇਂ ਹੜਕਮ ਮੱਚ ਗਿਆ ਜਦੋਂ ਜਲੰਧਰ ਪੁਲਿਸ ਨੇ ਜਲਦਬਾਜ਼ੀ ਦਾ ਦਬਾਅ ਵਿੱਚ ਆ ਕੇ ਪਹਿਲਾਂ ਤਾਂ ਸ਼ਹਿਰ ਦੇ ਜਲੰਧਰ ਜਿਮਖਾਨਾ ਕਲੱਬ ਦੀ ਮੈਨੇਜਮੈਂਟ ਤੇ ਕੇਸ ਦਰਜ ਕਰ ਲਿਆ ਪਰ ਕੁਝ ਹੀ ਘੰਟਿਆਂ ਬਾਅਦ ਪੁਲਿਸ ਨੂੰ ਯੂ ਟਰਨ ਲੈਣਾ ਪਿਆ ਅਤੇ ਮੈਨੇਜਮੈਂਟ ਨੂੰ ਕਲੀਨ ਚਿੱਟ ਦੇਣੀ ਪਈ ਜਿਸ ਤੋਂ ਬਾਅਦ ਲੇਡੀਜ਼ ਜਿਮਖਾਨਾ ਦੇ ਪ੍ਰੋਗਰਾਮ 'ਚ ਰਾਤ 11 ਵਜੇ ਤੱਕ ਸਾਊਂਡ ਵਜਾਉਣ ਵਾਲੇ ਜਸਪ੍ਰੀ ਤੇ ਮਾਮਲਾ ਦਰਜ ਕਰ ਲਿਆ ਗਿਆ ਇਹ ਕੇਸ ਪੁਲਿਸ ਥਾਣਾ ਨੰਬਰ 4 ਵਿੱਚ ਰਾਤੀ 11:00 ਵਜੇ ਆਈ ਪੀਸੀ ਦੀ ਧਾਰਾ 188 ਤਿੰਨ ਆਵਾਜ਼ ਪ੍ਰਦੂਸ਼ਣ ਰੂਲਸ 2000 ਤਹਿਤ ਦਰਜ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਜਲੰਧਰ ਜਿਮਖਾਨਾ ਕਲੱਬ ਦੀ ਮੈਨੇਜਮੈਂਟ ਦੇ ਪ੍ਰਧਾਨ ਡਿਵੀਜ਼ਨਲ ਕਮਿਸ਼ਨਰ ਮੈਡਮ ਗੁਰਪ੍ਰੀਤ ਕੋਲਸਾਪਰਾ ਹਨ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਜਸਪੀ ਸਿੰਘ ਨਿਭਾ ਰਹੇ ਹਨ। ਜਲੰਧਰ ਦੇ ਸਿਵਲ ਹਸਪਤਾਲ 'ਚ ਮਰੀਜ਼ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਭੰਨ ਤੋੜ ਕਰਕੇ ਹੰਗਾਮਾ ਕਰ ਦਿੱਤਾ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਪਰਮਜੀਤ ਦੀ ਲੱਤ ਵਿੱਚ ਫ੍ਰੈਕਚਰ ਹੋਣ ਮਗਰੋਂ ਉਸ ਦਾ ਆਪਰੇਸ਼ਨ ਹੋਇਆ ਸੀ ਵਾਰਡ 'ਚ ਸ਼ਿਫਟ ਹੋਣ ਤੇ ਉਸ ਨੂੰ ਕਬਰਾਹਟ ਹੋਈ ਜਦੋਂ ਉਸ ਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਡਾਕਟਰਾਂ ਨੇ ਉਸ ਨੂੰ ਗਲਤ ਟੀਕਾ ਲਗਾ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਮਿੱਟੂ ਬਸਤੀ ਦੇ ਰਹਿਣ ਵਾਲੇ ਪਰਮਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਘਰ ਦਾ ਇਕਲੌਤਾ ਕਮਾਉਣ ਵਾਲਾ ਸੀ ਸਿਰ ਤੇ ਨਾ ਪਿਓ ਹੈ ਅਤੇ ਨਾ ਹੀ ਭਰਾ ਸਾਰਿਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਪਰਮਜੀਤ ਸਿੰਘ ਦੇ ਦੋ ਪਰਿਵਾਰਾਂ ਦੀ ਜ਼ਿੰਮੇਵਾਰੀ ਸੀ ਪਿਛਲੇ ਮਹੀਨੇ ਉਸ ਦੀ ਲੱਤ ਟੁੱਟਣ ਤੋਂ ਬਾਅਦ ਉਹ ਕਰੀਬ 25 ਦਿਨਾਂ ਤੱਕ ਹਸਪਤਾਲ ਵਿੱਚ ਦਾਖਲ ਰਿਹਾ ਉਸ ਦੀ ਲੱਤ ਦਾ ਆਪਰੇਸ਼ਨ ਹੋਇਆ ਸੀ ਸੀਮਾ ਸੁਰੱਖਿਆ ਬਲ ਨੇ ਇੱਕ ਵਾਰ ਫੇਰ ਪਾਕਿਸਤਾਨੀ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ناکਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇੋਂ ਕਰੀਬ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਕੀਮਤ ਕਰੋੜਾ ਵਿੱਚ ਦੱਸੀ ਜਾ ਰਹੀ ਹੈ। ਇਹ ਜਾਣਕਾਰੀ ਬੀਐਸਐਫ ਵੱਲੋਂ ਸਾਂਝੀ ਕੀਤੀ ਗਈ। ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ ਦੇ ਜਵਾਨ ਗਸ਼ਤ ਤੇ ਸਨ। ਇਸ ਦੌਰਾਨ ਜਵਾਨਾਂ ਨੂੰ ਸਰਹੱਦ ਤੇ ਕੰਡਿਆਲੀ ਤਾਰ ਦੇ ਨੇੜੇ ਇੱਕ ਸ਼ੱਕੀ ਪੈਕੇਟ ਮਿਲਿਆ। ਇਸ ਸਬੰਧ ਜਾਣਕਾਰੀ ਦਿੰਦੇ ਆ ਬੀਐਸਐਫ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਪੈਕੇਟ ਵਿੱਚ ਕਰੀਬ 1.030 ਕਿਲੋਗ੍ਰam ਹੀਰੋਇਨ ਮੌਜੂਦ ਸੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਹੀਰੋਇਨ ਦੀ ਕੀਮਤ ਕਰੋੜਾਂ ਵਿੱਚ ਦੱਸੀ ਜਾ ਰਹੀ ਹੈ ਇਸਲਾਮ ਤਰੰਦ ਦੇ ਇੱਕ ਮੁੱਢਲੇ ਅਸੂਲਾਂ 'ਚੋਂ ਇੱਕ ਪਵਿੱਤਰ ਹੱਜ ਯਾਤਰਾ ਤੇ ਜਾਣ ਲਈ ਹੱਜ ਕਮੇਟੀ ਆਫ ਇੰਡੀਆ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਿਕ ਅੱਜ ਸਾਲ 2023 ਲਈ ਫਾਰਮ ਭਰਨ ਨੇ ਸ਼ੁਰੂ ਹੋ ਚੁੱਕੇ ਹਨ ਇਸ ਸੰਬੰਧਿਤ ਮਲੇਰ ਕੋਟਲਾ ਵਿਕੇਪਵਿੱਤਰ ਹੱਜ ਯਾਤਰਾ ਦੇ ਫਾਰਮ ਭਰਨ ਦੀਆਂ ਮੁਫਤ ਸੇਵਾਵਾਂ ਦੇ ਰਹੇ ਸੋਸ਼ਲ ਵਰਕਰ ਮਾਸਟਰ ਅਬਦੁਲ ਅਜੀਜ਼ ਅਤੇ ਸਹਿਬਾਜ਼ ਜਹੂਰ ਨੇ ਦੱਸਿਆ ਕਿ ਹੱਜ ਦੇ ਫਾਰਮ ਭਰਨ ਲਈ ਪੰਜਾਬ ਪਰ ਦੇ ਕਿਸੇ ਵੀ ਮੁ슬लिम ਵਿਅਕਤੀ ਵੱਲੋਂ ਮਲੇਰ ਕੋਟਲਾ ਵਿਕੇ ਆ ਕੇ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਜੋ ਸਰਕਾਰ ਵੱਲੋਂ ਨਿਰਧਾਰਤ ਸਮਾਂ 10 ਮਾਰਚ ਤੱਕ ਜਾਰੀ ਰਹਿਣ ਗਿਆ। ਅਦੇ ਨਾਲੇ ਜੇ ਕਿਸੇ ਹੱਜ ਤੇ ਜਾਣ ਵਾਲੇ ਕੋਲ ਪਾਸਪੋਰਟ ਨਹੀਂ ਹੈ ਤਾਂ ਉਹ ਇਸ ਲਈ ਵੀ ਉਹਨਾਂ ਤੋਂ ਮੁਫਤ ਸੇਵਾਵਾਂ ਲੈ ਸਕਦੇ ਹਨ। ਜੋ ਦਸਤਾਵੇਜ਼ ਜ਼ਰੂਰੀ ਹਨ ਉਹਨਾਂ ਚ ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ, ਸਫੇਦ ਬੈਕਗ੍ਰਾਉਂਡ ਵਾਲੀਆਂ ਫੋਟੋਆਂ, ਬੈਂਕ ਪਾਸਬੁੱਕ ਜਾਂ ਕੈਂਸਲ ਚੈੱਕ, ਕੋਵਿਡ ਵੈਕਸੀਨ ਲੱਗਣ ਦਾ ਸਬੂਤ, ਖੂਨ ਦਾ ਗਰੁੱਪ, ਨੋਮਿਨੀ ਸੰਬੰਧੀ ਦਸਤਾਵੇਜ਼ ਲੈ ਕੇ ਫਾਰਮ ਭਰੇ ਜਾ ਸਕਦੇ ਹਨ। ਮਹਿਲਾ ਪ੍ਰੀਮੀਅਮ ਲੀਗ 2023 ਦੀ ਨਿਲਾਮੀ ਸ਼ੁਰੂ ਹੋ ਗਈ ਹੈ ਨਿਲਾਮੀ ਮੁੰਬਈ ਦੇ Jio World Convention Center 'ਚ ਹੋ ਰਹੀ ਹੈ WPL 2023 ਵਿੱਚ ਕੁੱਲ 5 ਟੀਮਾਂ ਭਾਗ ਲੈ ਰਹੀਆਂ ਹਨ 448 ਈਡਾਰੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ ਜਿਨ੍ਹਾਂ ਨੂੰ BCCI ਨੇ ਨਿਲਾਮੀ ਲਈ ਸ਼ਾਰਟਲਿਸਟ ਕੀਤਾ ਹੈ ਪਟਿਆਲਾ ਦੇ ਰਹਿਣ ਵਾਲੀ ਕਨਿਕਾ ਆਹੁਰਜਾ ਨੂੰ ਆਰਸੀਬੀ ਨੇ 35 ਲੱਖ ਰੁਪਏ ਵਿੱਚ ਖਰੀਦਿਆ ਕਨਿਕਾ ਆਹੁਰਜਾ ਜਿਹੜੇ 올 ਰਾਉਂਡਰ ਹੈ ਉਹ ਤੇ ਹੀ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦੀ ਹੈ ਅਤੇ ਸੱਜੇ ਹੱਥ ਨਾਲ ਗੇਂਦਬਾਜ਼ੀ ਕਰਦੀ ਹੈ ਇੱਥੇ ਚਿੱਲ ਪਿੰਡ ਵਿੱਚ ਸਥਿਤ ਕ੍ਰਿਕਟ ਹੱਬ ਚ ਕੋਚ ਕਮਲਪ੍ਰੀਤ ਸੰਧੂ ਨੇ ਉਸ ਨੂੰ ਟ੍ਰੇਨਿੰਗ ਦਿੱਤੀ ਹੈ ਜਿਸ ਦੇ ਸਦਕਾ ਉਹ ਪਹਿਲੀ ਭਾਰਤੀ ਟੀਮ ਵਾਸਤੇ ਚੁਣੀ ਗਈ ਹੈ ਅਤੇ ਹੁਣ ਆਰਸੀਬੀ ਨੇ ਉਸ ਨੂੰ 35 ਲੱਖ ਰੁਪਏ ਵਿੱਚ ਆਪਣੀ ਟੀਮ ਲਈ ਚੁਣਿਆ ਹੈ ਪੰਜਾਬ ਮੌਜੂਦ ਪੰਜ ਥਰਮਲਾਂ ਦੇ 15 ਵਿੱਚੋਂ 6 ਯੂਨਿਟ ਬੰਦ ਹੋ ਗਏ ਹਨ। ਸੋਮਵਾਰ ਨੂੰ ਬੰਦ ਹੋਏ ਇੰਨੇ ਯੂਨਿਟਾਂ ਕਰਕੇ 2650 ਮੀਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਰਿਹਾ। ਪੰਜਾਬ ਦੇ ਦੋ ਸਰਕਾਰੀ ਅਤੇ ਤਿੰਨ ਨਿੱਜੀ ਥਰਮਲ ਪਲਾਂਟਾਂ ਦੇ ਕੁੱਲ 15 ਯੂਨਿਟ ਹਨ ਅਤੇ ਹੁਣ ਸਿਰਫ 9 ਯੂਨਿਟ ਹੀ ਕੰਮ ਕਰ ਰਹੇ ਹਨ। ਸਵੇਰੇ 11 ਵਜੇ ਦੌਰਾਨ ਬਿਜਲੀ ਦੀ ਮੰਗ 7500 ਮੀਗਾਵਾਟ ਦਰਜ ਕੀਤੀ ਗਈ ਅਤੇ ਘਾਟ ਪੂਰੀ ਕਰਨ ਲਈ ਕੇਂਦਰੀ ਪੁਲਤ ਬਿਜਲੀ ਖਰੀਦਣ ਗ੍ਰਿਤਨੀ ਪਈ। ਸੂਤਰਾਂ ਅਨੁਸਾਰ ਪਾਵਰ ਕਮ ਨੂੰ 14 ਫਰਵਰੀ ਨੂੰ 18.34 ਕਰੋੜ ਦੀ ਬਿਜਲੀ ਬਾਹਰੋਂ ਖਰੀਦਣੀ ਪਈ ਇਹਨਾਂ ਦੇਸ਼ ਵਿਦੇਸ਼ ਜਾਂ ਕੋਈ ਚੌਨਵੀਆ ਖਬਰਾਂ ਹੋਰ ਖਬਰਾਂ ਦੇ ਨਾਲ ਜੋੜਨ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ ਯੂਐਸਏ ਟੀਵੀ ਦੇ ਨਾਲ